अस्सलामुअलैकुम 7 पॉइंट नेटवर्क के साथ मैं हूँ अस्मा गोल। सबसे पहले नजर डालेंगे आज की अहम खबरों पर। खबर शामिल करते हैं साहिवाल से। डिप्टी इंचार्ज नुमाइंदगान रहमत अली साजिद की रिपोर्ट के मुताबिक साहिवाल इलाका थाना यूसुफ वाला चेक नंबर 76-5L में मुबैना तौर पर कब्जा माफिया गुंडागर्द और शरपसंद अनासर शाबान जान और फ़खर वगैरह ने कार सरकार में मुदाखलत करते हुए वाबदा की 11,000 केवी तारें काट दी। इसकी वजह से ज़मींदार बाबा अफजल की वाटर पम्प ट्रिबाइन बंद हो गई, जिसकी वजह से ज़मींदार बाबा फजल की करोड़ों रुपए की फसलों को नुकसान होने लगा। ज़मींदार बाबा फजल और अहले मोहल्ला सरापा एहतजाज। वाक़े की इत्तला मिलते ही पुलिस थाना यूसुफ वाला और वाबदा साहिवाल मौके पर पहुंचे और मुलजिमान के खिलाफ कानूनी कार्रवाई की यकीन दहानी करवाई। उन्होंने मजीद क्या कहा, आइए आपको भी सुनाते हैं इन्हीं की जबानी। बोल रहे हैं जी 50,400 मोगी बाबे अफजल ने ना जी एक टरबैन लवाई आते 11-12 लाख रुपया लगाया। ਪਹਿਲੋਂ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਆ, ਸ਼ਬਾਨ ਅਤੇ ਜਾਨ ਮਹਮਦ ਦੂਸਰੇ ਨੇ ਕਿਹਦਾ ਫਖਰ ਨੇ ਜੀ ਉਹ ਸਟੇ ਕੱਲ੍ਹ ਖਾਰਜ ਹੋ ਗਿਆ। ਰਾਤ ਆਣ ਕੇ ਉਹਨਾਂ ਨੇ 8:30-9 ਦੇ ਦਰਮਿਆਨ ਉਹਨਾਂ ਤਿੰਨਾਂ ਨੇ ਤਾਰਾਂ ਕੱਟ ਲਿਆ ਤਾਂ ਸਾਡੀ ਸ਼ਾਖ ਦਾ ਬਿਲਕੁਲ ਮੁਕੰਮਲ ਤੌਰ 'ਤੇ ਹੋਰ ਕੋਈ ਟਰਬੈਨ ਨਹੀਂ ਗੀ। ਉਹਦਾ ਉਹਦੀ ਫਸਲ ਸਾਰੀ ਸੁੱਕ ਗਈ ਆ। ਇਹਨਾਂ ਬੰਦਿਆਂ ਨੇ 3 ਮਹੀਨੇ ਤੋਂ ਸਾਨੂੰ ਜ਼ਲੀਲ ਕਰ ਛੱਡਿਆ। ਮੇਰਾ ਖਬਰ ਜੀ ਇਹ 3 ਬੰਦੇ ਜਿਹੜੇ ਜੀ ਫਖਰ ਛਮਾਨ ਅਤੇ ਜਾਨ ਮਹਮਦ ਇਹ ਗੁੰਡਾਗਰਦੀ ਕਰਦੇ ਨੇ, ਜਿਹਦਾ ਦਿਲ ਕਰਦਾ ਉਹਦੇ ਨਾਲ ਲੜਾਈ ਝਗੜਾ ਰੱਖਦੇ ਨੇ ਤੇ ਬਦਮਾਸ਼ੀ ਨਾਲ ਇਹਨਾਂ ਤਾਰਾਂ ਕੱਢੀਆਂ ਤੇ ਅੱਗੇ ਉਸ ਬੰਦੇ ਦਾ ਬਹੁਤ ਨੁਕਸਾਨ ਹੋ ਰਿਹਾ, ਜ਼ਿਮੀਦਾਰ ਦਾ ਨੁਕਸਾਨ ਹੋ ਰਿਹਾ, ਫਸਲਾਂ ਨੂੰ ਜਿਹੜਾ ਪਾਣੀ ਨਹੀਂ ਪਹੁੰਚ ਰਿਹਾ, ਰਿਵਾਜ ਪਾਣੀ ਕਦੀ ਆਇਆ ਕਦੀ ਨਾ ਆਇਆ, ਇਸ ਵਜ੍ਹਾ ਤੋਂ ਜਿਹੜਾ ਬਹੁਤ ਨੁਕਸਾਨ ਹੁੰਦਾ। ਅਤੇ ਇਹਨਾਂ ਸਰਕਾਰੀ ਤਾਰਾਂ ਵੱਢ ਕੇ ਅਤੇ ਉਹ ਤਲਾਅ ਦੇ ਵਿੱਚ ਜਿਹੜੀਆਂ ਤਾਰਾਂ ਸੁੱਟ ਦਿੱਤੀਆਂ, ਮਾਲ ਮਵਾਸ਼ੀ ਪਾਣੀ ਪੀਣ ਤੋਂ ਵੀ ਤੰਗ ਹੋਇਆ ਖਲੋਤਾ। ਹਾਂ ਅਤੇ ਮਿਹਰਬਾਨੀ ਕਰਕੇ ਦੇ ਦੇ ਅਤੇ ਐਕਸ਼ਨ ਲਿਆ ਜਾਵੇ। ਨਾਮ ਇਹਨਾਂ ਖਰਾਬ ਕਰਤਾ, ਸਟੇ ਲਿਆ, ਸਟੇ ਟੁੱਟ ਗਿਆ, ਇਹਨਾਂ ਰਾਤ ਆ ਕੇ 11,000 ਵਾਰੀ ਦਿੱਤੀ ਹੈ, ਤਾਰਾਂ ਕੱਟ ਕੇ ਲਾਈ ਸੁੱਟਦੀਆਂ, ਪਾਣੀ ਮਵਸ਼ੀ ਪੀਣ ਤੋਂ ਖਰਾਬ ਹੋ ਰਹੇ ਨੇ। ਅਤੇ ਸਰਕਾਰੀ ਜਗ੍ਹਾ 'ਤੇ ਇਹਨਾਂ ਆਪਣੀ ਜਗ੍ਹਾ ਤਮੀਰ ਕੀਤੀ ਹੈ। 2020 'ਚ ਵਿੱਚ ਇਹਨੇ ਮਕਾਨ ਪਾਏ ਨੇ, ਤਾਰਾਂ 1992 ਦੀਆਂ ਪਈਆਂ ਹੋਈਆਂ ਨੇ। ਬਰਾਏ ਮਿਹਰਬਾਨੀ ਸਾਡੇ 'ਤੇ ਰਹਿਮ।